ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਸ਼ਹਿਰੀ ਵੱਲੋਂ ਜ਼ਿਲ੍ਹਾ ਪ੍ਰਧਾਨ ਅਨੰਤ ਸ਼ਰਮਾ ਦੀ ਅਗਵਾਈ ਹੇਠ ਮੌਲ ਰੋਡ ਦੀ ਟੁੱਟੀ ਸੜਕ ਦੀ ਉਸਾਰੀ ਵਿੱਚ ਹੋ ਰਹੀ ਦੇਰੀ ਦੇ ਵਿਰੋਧ 'ਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਦੇ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ, ਪੰਜਾਬ ਭਾਜਪਾ ਦੇ ਬੁਲਾਰੇ ਕੇਵਲ ਕੁਮਾਰ, ਬੁਲਾਰੇ ਰਾਜੇਸ਼ ਹਨੀ, ਸਕੱਤਰ ਰਾਕੇਸ਼ ਗਿੱਲ ਨੇ ਆਖਿਆ ਕਿ ਕਰੀਬ 3 ਮਹੀਨੇ ਪਹਿਲਾਂ ਭਾਰੀ ਬਾਰਿਸ਼ ਕਾਰਨ ਮੌਲ ਰੋਡ ਦੀ ਸੜਕ ਟੁੱਟਣ ਕਾਰਨ ਇਸ ਸੜਕ 'ਤੇ ਆਵਾਜਾਈ ਬੰਦ ਹੋ ਗਈ ਸੀ, ਪਰ 3 ਮਹੀਨੇ ਦਰਮਿਆਨ ਇਸ ਸੜਕ ਦੀ ਮੁੜ ਤੋਂ ਉਸਾਰੀ ਨਹੀਂ ਕਰਵਾਈ ਜਾ ਸਕੀ, ਜੋ ਸਮਝ ਤੋਂ ਪਰੇ ਹੈ। ਐਲਾਨ ਕੀਤਾ ਗਿਆ ਹੈ ਕਿ ਜੇਕਰ 15 ਦਿਨਾਂ ਦਰਮਿਆਨ ਸੜਕ ਦੀ ਮੁੜ ਉਸਾਰੀ ਕਰਵਾ ਕੇ ਯਾਤਾਯਾਤ ਦੀ ਬਹਾਲੀ ਨਾ ਕਰਵਾਈ ਗਈ ਤਾਂ ਨਗਰ ਨਿਗਮ ਅੰਮ੍ਰਿਤਸਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਬੀਜੇਪੀ ਦੇ ਮੀਤ ਪ੍ਰਧਾਨ ਪੱਪੂ ਮਹਾਜਨ, ਕੌਂਸਲਰ ਜਰਨੈਲ ਸਿੰਘ ਟੋਟ, ਸਾਬਕਾ ਕੌਂਸਲਰ ਡਾਕਟਰ ਰਾਮ ਚਾਵਲਾ, ਆਸ਼ੀਸ਼ ਮਹਾਜਨ, ਸਾਹਿਲ ਸ਼ਰਮਾ, ਡਾਕਟਰ ਸੁਸ਼ੀਲ ਦੇਵਗਨ, ਕਪਿਲ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਸ਼ਿਰਕਤ ਕੀਤੀ। ਬਹੁਤ ਹੈਰਾਨੀ ਦੀ ਗੱਲ ਹੈ ਕਿ ਅੰਮ੍ਰਿਤਸਰ ਗੁਰੂ ਦੀ ਨਗਰੀ, ਜਿਹਨੂੰ ਸਾਰਾ ਪੰਜਾਬ ਸਾਰੀ ਦੁਨੀਆ ਪੂਜਦੀ ਹੈ ਕਿ ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਦਾ ਵਸਾਇਆ ਸ਼ਹਿਰ ਹੈ। ਇੱਥੇ ਬਹੁਤ ਇੰਪੋਰਟੈਂਟ ਰੋਡ ਮਾਲ ਰੋਡ ਕੰਪਨੀ ਬਾਗ ਦੇ ਸਾਹਮਣੇ, ਜਿਹੜਾ ਕਿ ਬਿਲਕੁਲ ਕਾਰਪੋਰੇਸ਼ਨ ਦੇ ਕਮਿਸ਼ਨਰ ਦੀ ਕੋਠੀ ਦੇ ਨਾਲ, ਬਰਸਾਤਾਂ ਦੇ ਵਿੱਚ ਅੱਜ ਤੋਂ 3 ਮਹੀਨੇ ਪਹਿਲਾਂ ਇੱਕ ਸੜਕ ਚੱਲਦੀ ਟੋਆ ਗਿਰ ਗਿਆ ਔਰ ਬਹੁਤ 25 ਫੁੱਟ ਗਹਿਰਾ ਟੋਆ ਇੱਥੇ ਪੁੱਟੇਗਾ ਜਿੱਥੇ ਅਸੀਂ ਇਸ ਵੇਲੇ ਖੜ੍ਹੇ ਹਾਂ। ਔਰ 3 ਮਹੀਨੇ ਹੋ ਗਏ ਨਾ ਕਿ ਟੋਆ ਜਿਹੜਾ ਹੈ ਪੰਜਾਬ ਸਰਕਾਰ ਉਹਦੀ ਪੂਰਤੀ ਨਹੀਂ ਕਰ ਸਕੀ, ਜਿਹਦਾ ਕਿ ਬਹੁਤ ਵੱਡਾ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਹੈ। ਮੈਨੂੰ ਹੈਰਾਨੀ ਹੈ ਕਿ ਪੰਜਾਬ ਸਰਕਾਰ ਕਿਉਂ ਇਸ ਤਰ੍ਹਾਂ ਦੇ ਮੁੱਦੇ 'ਤੇ ਸੁੱਤੀ ਹੋਈ ਹੈ। ਕਾਰਪੋਰੇਸ਼ਨ ਦੀ ਕਾਰਗੁਜ਼ਾਰੀ ਇੰਨੀ ਮਾੜੀ ਹੈ ਕਿ 3 ਮਹੀਨੇ ਤੋਂ ਇਹ ਜਗ੍ਹਾ ਨੂੰ ਬਣਾ ਨਹੀਂ ਸਕੇ। ਬਾਕੀ ਡਿਪਾਰਟਮੈਂਟਾਂ ਨਾਲ ਵੀ ਉਹਨਾਂ ਨਾਲ ਮੈਂ ਸਲਾਹ ਕੀਤੀ, ਮੈਂ ਕਿਹਾ ਕਿੰਨੀ ਦੇਰ ਦਾ ਕੰਮ ਸੀ, ਕਹਿੰਦੇ ਜੀ ਇਹ ਬਹੁਤ ਜਲਦੀ ਕੰਮ ਖਤਮ ਹੋਣ ਵਾਲਾ ਸੀ, ਇਹ ਸਿਰਫ 15-20 ਦਿਨ ਦਾ ਮੁੱਦਾ ਸੀ, 15-20 ਦਿਨ 'ਚ ਖਤਮ ਹੋ ਸਕਦਾ ਹੈ। ਔਰ ਕਾਰਪੋਰੇਸ਼ਨ ਵਾਸਤੇ ਬੜੀ ਸ਼ਰਮ ਵਾਲੀ ਗੱਲ ਆ ਕਿ ਹਾਲੇ ਤੱਕ ਜਿਹੜਾ ਬਣ ਨਹੀਂ ਸਕੀ ਸੜਕ, ਔਰ ਯਾਤਰੀਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ, ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ, ਟ੍ਰੈਫਿਕ ਬੜੀ ਜਾਮ ਰਹਿੰਦੀ ਆ, ਔਰ ਅਸੀਂ ਡਿਮਾਂਡ ਕਰਦੇ ਹਾਂ ਕਿ ਇਹ ਜਲਦੀ ਤੋਂ ਜਲਦੀ ਸੜਕ ਬਣਾਈ ਜਾਏ ਤਾਂ ਕਿ ਲੋਕ ਜਿਹੜੇ ਪਰੇਸ਼ਾਨ ਹੁੰਦੇ ਪਏ ਇਹਨਾਂ ਨੂੰ ਪਰੇਸ਼ਾਨੀ ਇਹਨਾਂ ਦੀ ਖਤਮ ਹੋ ਸਕੇ। ਜਿੱਦਾਂ ਕਿ ਸਾਰਿਆਂ ਨੇ ਦੱਸਿਆ ਵੀ ਇਹ ਛੋਟਾ ਜਿਹਾ ਇੱਕ ਟੋਇਆ ਜਿਹੜਾ ਪਿਆ ਸੀ, 3 ਮਹੀਨੇ ਹੋ ਗਏ ਨੇ, 3 ਮਹੀਨੇ ਦੇ ਵਿੱਚ ਆ ਕੇ ਕਿਸੇ ਨੇ ਦੇਖਿਆ ਨਹੀਂ, ਕਿਸੇ ਨੇ ਪੁੱਛਿਆ ਨਹੀਂ ਆ, 3 ਮਿਸਤਰੀ ਲੱਗੇ ਦੇ ਨੇ ਜਿਨ੍ਹਾਂ ਕੋਲੋਂ ਕੰਮ ਹੋ ਹੀ ਨਹੀਂ ਰਿਹਾ। ਲੋਕਾਂ ਵਾਸਤੇ ਜਿਹੜੀ ਸੁਵਿਧਾ ਸੀ ਬਹੁਤ ਜ਼ਰੂਰੀ ਸੀ, ਲੋਕ ਇਸ ਆਪਣਾ ਸੁਵਿਧਾ ਤੋਂ ਇਹ ਸਾਰੀ ਰੋਡ ਦੀ ਰੋਡ ਹੀ ਟੋਟਲ ਬੰਦ ਹੋ ਰਿਹਾ ਚੌਂਕ ਤੱਕ। ਸਾਡੀ ਡਿਮਾਂਡ ਤਾਂ ਇਹ ਹੋਈ ਆ ਵੀ ਜਿਹੜੀ ਅਸੀਂ ਤਾਂ ਅੱਜ ਇਸ ਕਰਕੇ ਆਏ ਹਾਂ ਵੀ ਇਹ ਜਿਹੜਾ ਟੋਇਆ ਕਾਫੀ ਦੇਰ ਤੋਂ ਹੈਗਾ ਇਹਨੂੰ ਪੂਰਨਾ ਚਾਹੀਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡੇ ਨਿਤਿਨ ਗਡਕਰੀ ਜੀ ਘੱਟੋ ਘੱਟ 17 ਕਿਲੋਮੀਟਰ ਸੜਕ ਇੱਕ ਦਿਹਾੜੀ ਦੀ ਬਣਾ ਲੈਂਦੇ ਨੇ, ਇਹਨਾਂ ਕੋਲ ਇੱਕ ਟੋਇਆ ਮਤਲਬ ਉਹ ਨਹੀਂ ਪੂਰਿਆ ਜਾ ਸਕਦਾ ਪੰਜਾਬ ਸਰਕਾਰ ਕੋਲ। ਇਹਨਾਂ ਨੇ ਦੂਜੇ ਡਿਵੈਲਪਮੈਂਟ ਦੇ ਕੀ ਕੰਮ ਕਰਨੇ ਨੇ, ਕੀ ਲੋਕਾਂ ਨੂੰ ਸੁਵਿਧਾ ਦੇਣੇ ਨੇ, ਇਹ ਅਸੀਂ ਸਮਝਦੇ ਹਾਂ। ਜੇਕਰ ਇਹ ਇਹੋ ਜਿਹੀ ਛੋਟੇ ਛੋਟੇ ਕੰਮ ਵੀ ਨਾ ਹੋਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਾਕਿਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਇਹਨਾਂ ਨੂੰ ਬਿਲਕੁਲ ਘੇਰ ਕੇ ਰੱਖੇਗੀ। ਅੱਜ ਲਗਭਗ 90 ਦਿਨ ਹੋ ਗਏ ਨੇ ਅੰਮ੍ਰਿਤਸਰ ਸ਼ਹਿਰ ਦੀ ਮੇਨ ਰੋਡ ਜਿਹਨੂੰ ਅੰਮ੍ਰਿਤਸਰ ਦੀ ਲਾਈਫ ਲਾਈਨ ਕਿਹਾ ਜਾਂਦਾ ਹੈ, ਉਹ ਰੋਡ 90 ਦਿਨ ਤੋਂ ਬੰਦ ਪਈ ਹੈ ਔਰ ਟ੍ਰੈਫਿਕ ਦੀ ਸਮੱਸਿਆ ਦਾ ਅੰਮ੍ਰਿਤਸਰ ਦੇ ਵਿੱਚ ਇਸ ਰੋਡ ਦੇ ਬੰਦ ਹੋਣ ਕਰਕੇ ਬੁਰਾ ਹਾਲ ਹੈ। ਅੱਜ 90 ਦਿਨ ਦੇ ਅੰਤਰਾਲ ਤੋਂ ਬਾਅਦ ਵੀ ਇਹ ਛੋਟਾ ਜਿਹਾ ਜਿਹੜਾ ਕੰਮ ਹੈ ਇਹ ਪੂਰਾ ਕਰ ਨਹੀਂ ਸਕੇ। ਅੱਜ 5 ਲੋਕ ਐਡੀ ਵੱਡੀ ਸੜਕ ਨੂੰ ਜਿਹੜਾ ਹੈ ਉਹ ਬਣਾਉਣ ਉੱਤੇ ਲੱਗੇ ਹੋਏ ਨੇ, ਜਦਕਿ ਇਹ ਕੰਮ ਜਿਹੜਾ ਸੀ ਉਹ ਜੰਗੀ ਪੱਧਰ ਦੇ ਉੱਤੇ ਕੀਤਾ ਜਾਣਾ ਚਾਹੀਦਾ ਸੀ।